ਕਿਸਾਨਾਂ ਦੇ ਵੱਲੋਂ ਮੋਰਚਾ ਖਤਮ ਕਰਦਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੋਰਚਾ ਆ ਉਹ ਪੂਰਨ ਤੌਰ ਤੇ ਖਤਮ ਹੋ ਚੁੱਕਿਆ ਹੈ ਪਹਿਲਾ ਪਹਿਲਾ ਪੰਜਾਬ ਸਰਕਾਰ ਦੇ ਮੰਤਰੀ ਦੇ ਨਾਲ ਮੀਟਿੰਗ ਹੋਈ ਤੇ ਇਸ ਤੋਂ ਬਾਅਦ ਗਵਰਨਰ ਦੇ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਜਿਹੜਾ ਮੋਰਚਾ ਆ ਉਹ ਖਤਮ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਪਹਿਲਾਂ ਵੀ 3 ਦਿਨਾਂ ਦਾ ਜਿਹੜਾ ਮੋਰਚਾ ਤੈਅ ਕੀਤਾ ਗਿਆ ਸੀ 72 ਘੰਟਿਆਂ ਦੇ ਲਈ ਕਿਸਾਨ ਜਿਹੜਾ ਆਏ ਸੀ ਤੇ ਹੁਣ ਜਿਹੜਾ ਇਹ ਮੋਰਚਾ ਆ ਉਹਨਾਂ ਵੱਲੋਂ ਖਤਮ ਕਰ ਦਿੱਤਾ ਗਿਆ ਹੈ 3 ਦਿਨਾਂ ਦਾ ਮਿੱਥ ਕੇ ਆਏ ਸੀ ਮੰਗ ਪੱਤਰ ਗਵਰਨਰ ਨੂੰ ਦੇਣਾ ਸੀ ਪਹਿਲਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਇਸ ਤੋਂ ਬਾਅਦ ਸੈਂਟਰ ਸਰਕਾਰ ਦੇ ਸੈਂਟਰ ਦੇ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਗਵਰਨਰ ਦੇ ਨਾਲ ਉਸ ਮੀਟਿੰਗ ਤੋਂ ਬਾਅਦ ਜਿਹੜੇ ਕਿਸਾਨ ਸਾਡੇ ਮੌਜੂਦ ਨੇ ਬੁਟਾ ਸਿੰਘ ਜੀ ਇਤਕੀ ਗਲਵਤ ਕਰਦੇ ਆ ਕੀ ਕੀ ਗੱਲਬਾਤ ਹੋਈ ਤੁਹਾਡੀ ਗਵਰਨਰ ਦੇ ਨਾਲ ਜਿਹੜਾ ਇਸ ਤੋਂ ਬਾਅਦ ਮੋਰਚਾ ਤੁਸੀਂ ਖਤਮ ਕਰ ਦਿੱਤਾ ਹੈ ਉਹ ਵੇਖੋ ਜੀ ਗਵਰਨਰ ਨਾਲ ਤਾਂ ਕੱਲ ਦਾ ਮੈਸੇਜ ਆ ਗਿਆ ਸੀ ਪਰ ਕੱਲ ਸ਼ਾਮ ਤੱਕ ਜੋ ਮੈਂ ਕਹਿ ਰਿਹਾ ਕਿ ਕੱਲ ਸ਼ਾਮ ਤੱਕ ਪੰਜਾਬ ਸਰਕਾਰ ਜਿਹੜੀ ਉਹ ਢਿੱਲੀ ਸੀ ਅਜੇ ਉਹਦੇ ਜੇਣ ਚ ਨਹੀਂ ਸੀ ਹੈਗਾ ਵੀ ਆਪਾਂ ਗੱਲ ਅਜੇ ਕਰਨੀ ਹੈ ਕਿਸਾਨਾਂ ਨਾਲ ਉਹਨਾਂ ਨੂੰ ਐਸੀ ਵੀ ਸ਼ਾਇਦ ਕੱਟ ਘਟਾ ਆ ਜੇ ਤੇ ਕੁਝ ਗੁਰਪੂਰਵ ਕਰਕੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੀਗਾ ਕੱਲ 27 ਤਰੀਕ ਦਾ ਉਹਦੇ ਕਰਕੇ ਵੀ ਲੋਕ 26 ਤਰੀਕ ਨੂੰ ਘਟ ਆਏ 27 ਨੂੰ ਜਦੋਂ ਉਪੋਗ ਪਏ ਸਮਾਪਤੀ ਹੋਏ ਲੋਕਾਂ ਨੇ ਵੀ ਰਾਂ ਘੱਤ ਦੀਆਂ ਇਧਰ ਨੂੰ ਆਉਣ ਦੀਆਂ ਤੇ ਜਦੋਂ ਸਰਕਾਰ ਕੋਲੇ ਰਿਪੋਰਟਾਂ ਪਹੁੰਚੀਆਂ ਵੀ ਕੇਂਦਰ ਸਰਕਾਰ ਦੇ ਨਮਾਇंदे ਨਾਲ ਗੱਲ ਹੋ ਰਹੀ ਹੈ ਤੇ ਅਸੀਂ ਪਿੱਛੇ ਰਹਿ ਗਏ ਤੇ ਕੱਟ ਵੱਧ ਰਿਹਾ ਬਹੁਤ ਜ਼ਿਆਦਾ ਤੇ ਆ ਹਰਜ਼ੰਟੀ ਉਹਨਾਂ ਨੇ ਸਵੇਰੇ ਆਪਣੇ ਅਫੀਸਰ ਭੇਜ ਕੇ ਨਾਲ ਦੀ ਨਾਲ ਹੀ ਮੀਟਿੰਗ ਲਈ ਤੇ ਇਹ ਗੱਲ ਕਹੀ ਕਿ ਆਪਾਂ ਪਹਿਲਾ ਮੀਟਿੰਗ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਕਰਨੀ ਹੈ ਤੇ ਗਵਰਨਰ ਨਾਲ ਬਾਅਦ ਚ ਹੋਊਗੀ ਤੇ ਵਧੀਆ ਮਾਹੌਲ ਚ ਮੀਟਿੰਗ ਹੋਈ ਗਵਰਨਰ ਦੇ ਨਾਲ ਕੀ ਮੀਟਿੰਗ ਹੋਈ ਤੇ ਕੀ ਗੱਲਬਾਤ ਹੋਈ ਉਸ ਮੀਟਿੰਗ ਦੇ ਵਿੱਚ ਜਿਸ ਤੋਂ ਬਾਅਦ ਔਨ ਸਾਰੀ ਤੁਹਾਡੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਮੋਰਚਾ ਹੈ ਉਹ ਅੱਜ ਹੀ ਚੱਕਿਆ ਜਾਵੇਗਾ ਵੈਸੇ ਇਹ ਹੈ ਅੱਜ ਤੱਕ ਕਿਸੇ ਉੰਜ 23 ਤਰੀਕ ਤੱਕ ਸੀਗਾ 26 27 28 ਦਾ ਸੀ ਤੇ ਜਦੋਂ ਉੱਥੇ ਫਾਈਨਲ ਹੋ ਗਿਆ ਉਹਨਾਂ ਨੇ ਕਿਹਾ ਭਾਈ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਪਹੁੰਚਦੀਆਂ ਕਰ ਦੇਵਾਂ ਪੰਜਾਬ ਸਰਕਾਰ ਨੇ 19 ਤਰੀਕ ਦੀ ਮੀਟਿੰਗ ਰੱਖ ਲਈ ਇਹ ਸਾਡੀ ਮੰਗ ਸੀ ਵੀ ਅੱਜ ਉਹ ਮੀਟਿੰਗ ਦਾ ਐਲਾਨ ਕਰਨ ਮੀਟਿੰਗ ਫਿਕਸ ਕਰਨ ਵੀ ਫਲਾਣੇ ਟਾਈਮ ਤੁਹਾਡੀ ਮੀਟਿੰਗ ਹੋਊਗੀ ਇਹ ਆਪਣੀਆਂ ਮੰਗਾਂ ਸੀ ਜਦੋਂ ਉਹਨਾਂ ਨੇ ਮੰਨ ਲਈਆਂ ਵੀ ਇਹ ਮੀਟਿੰਗ ਹੋਊਗੀ ਤੁਹਾਡੀ ਤਾਂ ਉਹਦੇ ਕਾਰਨ ਫਿਰ ਧਰਨਾ ਦਾ ਚੱਕਣਾ ਸੀ ਕੁਝ ਹੈ ਵੀ 3 ਦਿਨ ਦਾ ਸੀ ਤੇ ਅੱਜ ਜਦੋਂ ਮੰਗਾ ਹੀ ਆਪਣੀਆਂ ਮੰਨੀਆਂ ਗਈਆਂ ਉਹਨਾਂ ਨੇ ਕਹਿਤਾ ਵੀ ਇਹਨਾਂ ਦੇ ਹੀ ਗੌਰ ਕਰਕੇ 19 ਤਰੀਕ ਨੂੰ ਤੁਹਾਡੇ ਨਾਲ ਗੱਲਬਾਤ ਹੋਊਗੀ ਤੇ ਐਲਾਨ ਹੋ ਜਾਣਗੇ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਮੰਗ ਕੀਤੀ ਗਈ ਸੀ ਕਿ 19 ਤਰੀਕ ਨੂੰ ਸੀਐਮ ਸਾਹਿਬ ਦੇ ਨਾਲ ਮੀਟਿੰਗ ਆ ਪੰਜਾਬ ਦੀਆਂ ਜਿਹੜੀਆਂ ਮੰਗਾ ਰਹਿੰਦੀਆਂ ਨੇ ਉਹ ਸੀਐਮ ਸਾਹਿਬ ਦੇ ਨਾਲ ਡਿਸਕਸ਼ਨ ਸਾਨੂੰ ਮੌਜੂਦ ਨੇ ਰਵਿੰਦਰ ਸਿੰਘ ਪਟਿਆਲਾ ਕੀ ਕੀ ਗੱਲਬਾਤ ਹੋਈ ਹੈ ਗਵਰਨਰ ਸਾਹਿਬ ਦੇ ਨਾਲ ਜੋ 온 ਸਾਰੀ ਜਿਹੜਾ ਮੋਰਚਾ ਆ ਉਹ ਚੱਕਨ ਦਾ ਐਲਾਨ ਕਰ ਦਿੱਤਾ ਗਿਆ ਦੇਖੋ 3 ਦਿਨ ਦਾ ਤਾਂ ਨਾ ਅਨਾਉਂਸ ਸੀ ਇਹ ਪਹਿਲਾਂ ਹੀ ਪੇਚ ਫਸਿਆ ਹੋਇਆ ਸੀ ਪੰਜਾਬ ਸਰਕਾਰ ਨਾਲ ਮੁੱਖ ਮੰਤਰੀ ਸਾਹਿਬ ਦੇ ਟਵੀਟਾਂ ਨੇ ਜਿਹੜਾ ਚੜਾਇਆ ਸੀਗਾ ਤੋਂ ਐਹੀ ਉਹਨਾਂ ਨੂੰ ਇਹ ਕਹਿਣਾ ਜਾਂਦੇ ਸੀ ਵੀ ਇਹ ਠੀਕ ਨਹੀਂ ਹੋਊਗਾ ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇ ਦਿੱਤਾ ਉਹਦੇ 'ਚ ਅਸੀਂ ਐਮਐਸਪੀ ਦਾ ਸਵਾਲ ਕਰਜਾ ਮੁਕਤੀ ਦਾ ਸਵਾਲ ਬਿਜਲੀ ਦੇ ਵੰਡ ਖੇਤਰ ਦੇ ਪ੍ਰਾਈਵੇਟਾਈਜੇਸ਼ਨ ਨੂੰ ਜਿਹੜਾ ਬਿੱਲ ਆ ਰਹੇ ਨੇ ਇਹ ਸਾਰੇ ਸਵਾਲ ਉਠਾਏ ਨੇ ਔਰ ਅਸੀਂ ਇਹਨਾਂ ਨੂੰ ਅਵਾਰਿਆ ਵੀ ਤਿੰਨ ਦਿਨ ਸਾਰੇ ਦੇਸ਼ 'ਚ ਇਹ ਸਵਾਲ ਓਵਾਰੇ ਗਏ ਨੇ ਨਿਊਜ਼ ਕਲਿੱਕ ਤੇ ਜਿਹੜੀ ਐਫਆਈਆਰ ਹੋਈ ਔਰ ਉਹਦੇ 'ਚ ਜਿਹੜਾ ਕਿਸਾਨ ਅੰਦੋਲਨ ਨੂੰ ਟਾਰਗੇਟ ਕਰਨ ਦਾ ਜਿਹੜਾ ਨੈਰੇਟਿਵ ਮੋਦੀ ਗਵਰਨਮੈਂਟ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਦੇ ਉੱਪਰ ਗੱਲਾਂ-ਬਾਤਾਂ ਹੋਈਆਂ ਸੀ ਆਪਣੇ ਇਸ਼ੂ ਬਾਰੇ ਨੇ